ਪੰਜਾਬ ਸਰਕਾਰ ਦੇ ਵੱਲੋਂ ਮਾਸਟਰਾਂ ਦੀਆਂ ਜਿਹੜੀ ਭਰਤੀਆਂ ਕੱਟੀਆਂ ਗਈਆਂ ਸਨ 4161 ਉਸ ਨੂੰ ਲੈ ਕੇ ਹੁਣ ਪਟੀਸ਼ਨ ਦਰਜ ਕੀਤੀ ਗਈ ਹੈ ਪਟੀਸ਼ਨ ਨੂੰ ਲੈ ਕੇ ਵੱਡੇ ਫੈਸਲੇ ਵੀ ਹੈ ਪੰਜਾਬ ਸਰਕਾਰ ਨੂੰ ਇਸ ਬਾਬਤ ਨੋਟਿਸ ਪੇਸ਼ ਦਿੱਤਾ ਗਿਆ ਪੂਰਾ ਮਾਮਲਾ ਕੀ ਹੈ ਅਜੀਤ ਅਖਬਾਰ ਦੇ ਹਵਾਲੇ ਨਾਲ ਤੁਹਾਨੂੰ ਦੱਸ ਰਹੇ ਹਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮਾਸਟਰਾਂ ਦੀਆਂ 4161 ਅਸਾਮੀਆਂ ਉੱਤੇ ਕੀਤੀ ਜਾ ਰਹੀ ਭਰਤੀ ਨੂੰ ਚੁਣੌਤੀ ਦਿੱਤੀ ਹੈ ਹਾਈ ਕੋਰਟ ਪੰਜਾਬ ਹਰਿਆਣਾ ਦੇ ਵਿੱਚ ਤੇ ਹੁਣ ਪਟੀਸ਼ਨ ਉੱਤੇ ਪੰਜਾਬ ਸਰਕਾਰ ਅਤੇ ਹੋਰ ਪ੍ਰਤੀਨਿਧੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਗਏ ਹਨ ਇਸ ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਹੈ ਜੇਕਰ ਨਿਯੁਕਤੀਆਂ ਕੀਤੀਆਂ ਜਾਦੀਆਂ ਨੇ ਤਾਂ ਇਹਨਾਂ ਪਟੀਸ਼ਨਾਂ ਉੱਤੇ ਆਉਣ ਵਾਲਾ ਫੈਸਲਾ ਨਿਰਭਰ ਕਰੇਗਾ ਯਾਨੀ ਕਿ ਜਿਹੜੀ ਹਾਈ ਕੋਰਟ ਪਟੀਸ਼ਨ ਦਵੇਗੀ ਉਸ ਉੱਪਰ ਉਸ ਫੈਸਲੇ ਦੇ ਨਾਲ ਹੀ ਜਿਹੜੀਆਂ ਹੈ ਭਰਤੀਆਂ ਕੀਤੀਆਂ ਜਾਣ ਗਈਆਂ ਇਸ ਦੇ ਨਾਲ ਪਟੀਸ਼ਨ ਦਾਇਰ ਕਰਦਿਆ ਲਖਵਿੰਦਰ ਸਿੰਘ ਤੇ ਹੋਰਨਾ ਨੇ ਐਡਵੋਕੇਟ ਵਿਕਾਸ ਚਿਤ੍ਰਤ ਰਾਹੀਂ ਹਾਈ ਕੋਰਟ ਨੂੰ ਦੱਸਿਆ ਕਿ ਸਰਕਾਰ ਨੇ ਮਾਸਟਰਾਂ ਦੀਆਂ 4161 ਜੜੀਆਂ ਅਸਾਮੀਆਂ ਪਰੰਦਾ ਫੈਸਲਾ ਕੀਤਾ ਹੈ ਇਸ ਤੋਂ ਬਾਅਦ ਇਸ਼ਤਿਹਾਰ ਦੇ ਅਨੁਸਾਰ ਪਟੀਸ਼ਨ ਕਰਤਾਵਾਂ ਨੇ ਵੀ ਅਪੀਲ ਕੀਤੀ ਅਤੇ ਭਰਤੀ ਦੇ ਵਿੱਚ ਹਿੱਸਾ ਲਿਆ ਜਦੋਂ ਸਰਕਾਰ ਨੇ ਭਰਤੀ ਦੇ ਨਤੀਜੇ ਜਾਰੀ ਕੀਤੇ ਤਾਂ ਸਾਬਕਾ ਸੈਨਿਕਾ ਅਤੇ ਖੇਡ ਕੋਟੇ ਦੀਆਂ ਅਸਾਮੀਆਂ ਖਾਲੀਆਂ ਪਈਆਂ ਸਨ ਇਹਨਾਂ ਅਸਾਮੀਆਂ ਨੂੰ ਅਣਰਾਖਮਾ ਕਰ ਦਿੱਤਾ ਗਿਆ ਅਤੇ ਜਿਨ੍ਹਾਂ ਨੂੰ ਜਨਰਲ ਸ਼ਨੈਰੀ ਦੇ ਜਿਹੜੇ ਬੇਨਿਕਾਰ ਹੈ ਉਹਨਾਂ ਨੂੰ ਹੀ ਪਰੰ ਦਾ ਫੈਸਲਾ ਲਿਆ ਗਿਆ ਸੀ ਪਟੀਸ਼ਨ ਕਰਤਾਵਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੁਣ ਹਾਈ ਕੋਰਟ ਨੇ ਪਟੀਸ਼ਨ ਉੱਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਨ ਦਾ ਹੁਕਮ ਦੇ ਦਿੱਤਾ ਹੈ ਤਾਂ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾ ਮਾਸਟਰਾਂ ਦੀਆਂ ਨਿਯੁਕਤੀਆਂ ਕਰਨੀਆਂ ਸੀ ਨਿਯੁਕਤੀਆਂ ਜਿਹੜੀਆਂ ਨੇ ਅਸਾਮੀਆਂ ਇਸ ਦੇ ਵਿੱਚ 4161 ਸੀ ਤੇ ਜਿਸ ਦੇ ਵਿੱਚ ਜਦੋਂ ਪਟੀਸ਼ਨ ਕਰਤਾਵਾਂ ਦੇ ਵੱਲੋਂ ਅਸਾਮੀਆਂ ਭਰੀਆਂ ਗਈਆਂ ਤਾਂ ਉਹਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਨਤੀਜੇ ਜਾਰੀ ਕੀਤੇ ਤੇ ਉਹਨਾਂ ਦੇ ਵਿੱਚ ਸੈਨਿਕਾ ਤੇ ਖੇਡ ਵਾਲੇ ਦਾ ਕੋਟਾ ਦੀਆਂ ਅਸਾਮੀਆਂ ਖਾਲੀਆਂ ਪਈਆਂ ਸਨ ਤੇ ਅਨਰਾਖਮਾ ਕਰ ਦਿੱਤਾ ਗਿਆ ਸੀ ਸਿਰਫ ਜਨਰਲ ਕੈਟਾਗਰੀ ਦੇ ਜਿਹੜੇ ਬਿਨੈਕਾਰ ਸੀ ਉਹਨਾਂ ਨੂੰ ਹੀ ਪਰਣ ਦਾ ਫੈਸਲਾ ਲਿੱਤਾ ਗਿਆ ਸੀ ਹੁਣ ਹਾਈ ਕੋਰਟ ਨੇ ਪਟੀਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਫੈਸਲਾ ਲਿਆਦੇ ਹੋਏ ਪੰਜਾਬ ਸਰਕਾਰ ਨੂੰ ਨੋਟਿਸ ਦੇ ਦਿੱਤਾ ਹੈ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਆਪਣਾ ਜਵਾਬ ਇਸ ਪੂਰੇ ਮਾਮਲੇ ਦੇ ਵਿੱਚ ਦਿਓ ਤੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਇਸ ਬਾਬਤ ਫੈਸਲਾ ਆਵੇਗਾ ਉਹ ਇਸ ਪਟੀਸ਼ਨ ਦੇ ਆਧਾਰ ਉੱਤੇ ਹੀ ਜਿਹੜਾ ਫੈਸਲਾ ਆਵੇਗਾ ਉਸ ਦੇ ਆਧਾਰ ਉੱਤੇ ਹੀ ਨਿਯੁਕਤੀਆਂ ਕੀਤੀਆਂ ਜਾਣੀਆਂ ਤਾਂ ਇਸ ਤਰੀਕੇ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਆ ਜਾਵੇਗਾ ਹਾਈ ਕੋਰਟ ਦਾ ਕੀ ਫੈਸਲਾ ਆਵੇਗਾ ਇਸ ਪਟੀਸ਼ਨ ਦੇ ਆਧਾਰ ਦੇ ਉੱਪਰ ਉਸ ਤੋਂ ਬਾਅਦ ਹੀ ਨਿਯੁਕਤੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਮਾਸਟਰਸ ਦੀਆਂ ਕੁੱਲ ਗਿਣਤੀ 4161 ਹੈ ਉਸ ਦੇ ਨੂੰ ਲੈ ਕੇ ਇਹ ਮਾਮਲਾ ਸਾਹਮਣੇ ਆਇਆ ਸੀ ਤੇ ਇਸ ਤਰੀਕੇ ਦੀਆਂ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ